ਜਦੋਂ ਨੂਰਾ ਡਾਕੂ ਆਇਆ ਸੀ ਨਾ ਖਤਮੇ ਨਬੂਵਤ ਦਾ ਪਹਿਰਾ ਦੇਣ, ਜਣੇ ਛੱਡੀਆਂ ਸਨ ਮੁੱਛਾਂ ਤੇ ਵਾਲਾਂ ਦਾ ਕੱਢਿਆ ਸੀ ਪਫ। ਅੱਜ ਚੱਲਿਆ ਮੁਲਾਕਾਤ ਕਰਨ ਲਈ ਤੇ ਹੁਲੀਆ ਕੀ ਹੈ, ਸਿਰ ਤੇ ਇਮਾਮਾ ਹੈ, ਚਿਹਰੇ ਤੇ ਦਾੜੀ ਹੈ। ਚਲੋ ਸਾਦਾ ਜਿਹਾ ਨਕਸ਼ਾ ਬਣਾ ਲਈਏ, ਸਿਰ ਤੇ ਇਮਾਮਾ ਰੱਖ ਕੇ, ਚਿਹਰੇ ਤੇ ਦਾੜੀ ਰੱਖ ਕੇ, ਇੱਥੇ ਕਰਕੇ ਕੰਘੀ ਉਡਾ ਲਈਏ, ਨਾਲ ਹੀ ਮਸਵਾਕ ਪਾ ਲਈਏ, ਮੀਠਾ ਮੀਠਾ ਇਸਲਾਮੀ ਬਾਈ ਬਣ ਗਏ। ਅੱਜ ਮੁਲਾਕਾਤ ਕਰਨ ਲਈ ਚੱਲੇ ਹਜ਼ਰਤ ਜ਼ਿਆਉਲਾ ਕਾਦਰੀ ਦੇ ਨਾਲ, ਸਫ਼ਰ ਕਰਕੇ ਨੂਰਾ ਡਾਕੂ ਪਹੁੰਚਿਆ ਸਿਆਲਕੋਟ, ਜੁਮਾ ਪੜ੍ਹਿਆ ਹਜ਼ਰਤ ਜ਼ਿਆਉਲਾ ਕਾਦਰੀ ਦੀ ਮਸੀਤ ਤੇ, ਜੁਮੇ ਤੋਂ ਬਾਅਦ ਮੁਲਾਕਾਤ ਸ਼ੁਰੂ ਹੋ ਗਈ। ਹੁਣ ਲੋਕ ਆਈ ਜਾ ਰਹੇ, ਸਲਾਮ ਲਈ ਜਾ ਰਹੇ ਤੇ ਜਾਈ ਜਾ ਰਹੇ। ਹੁਣ ਜਿਹੜੇ ਬਾਹਰੋਂ ਮਹਿਮਾਨ ਹੋਣ ਤੇ ਕਈਆਂ ਦੀ ਖਾਹਿਸ਼ ਹੁੰਦੀ ਹੈ ਯਾਰ ਜੱਫੀ ਵੀ ਮੌਲਵੀ ਨਾ ਪੈ ਜਾਏ, ਕਈਆਂ ਦੀ ਖਾਹਿਸ਼ ਹੁੰਦੀ ਹੱਥ ਚੁੰਮੇ ਜਾਣ, ਕਈਆਂ ਦੀ ਖਾਹਿਸ਼ ਹੁੰਦੀ ਹੈ ਬਸ ਯਾਰ ਮੁਸਾਫਾ ਕੀਤਾ ਜਾਏ ਤੇ ਸੋਹਣੇ ਤਰੀਕੇ ਨਾਲ ਕੀਤਾ ਜਾਏ, ਕਈਆਂ ਦੀ ਖਾਹਿਸ਼ ਹੁੰਦੀ ਹੈ ਚੱਲ 2 ਮਿੰਟ ਖਲੋ ਕੇ ਗੱਲਬਾਤ ਹੀ ਕੀਤੀ ਜਾਏ। ਹੁਣ ਹਰ ਬੰਦਾ ਆਪੋ ਆਪਣੇ ਤਰੀਕੇ ਨਾਲ ਮਿਲਦਾ ਪਿਆ। ਸੁਭਾਨ ਅੱਲਾ, ਬੋਲੋ ਮੈਂ ਨੂਰੇ ਦਾ ਤਰੀਕਾ ਦੱਸਾਂ। ਹੁਣ ਨੂਰਾ ਕਿਹਨੇ ਮਿਲਿਆ, ਕੌਣ ਹੈ ਦੀਵਾਲੀ ਦੇ ਗੁਲਾਮੋ, ਮੁਲਾਕਾਤ ਹੋ ਰਹੀ ਹਜ਼ਰਤ ਜ਼ਿਆਉਲਾ ਕਾਦਰੀ ਨੂੰ ਮਿਲ ਕੇ, ਲੋਕ ਜਾ ਰਹੇ ਜਦੋਂ ਨੂਰੇ ਡਾਕੂ ਦੀ ਵਾਰੀ ਆਈ, ਇਹਨੇ ਹੱਥ ਮਲਾਇਆ ਨਾਲੇ ਜੱਫਾ ਪਾਇਆ, ਕਹਿੰਦਾ ਸੋਹਣਿਆ ਸਿਆਣਿਆ ਜੇ ਪਾਲਾ ਮੈਨੂੰ ਸਿਆਣਿਆ ਜੇ, ਹਜ਼ਰਤ ਜ਼ਿਆਉਲਾ ਕਾਦਰੀ ਫਰਮਾਇਆ ਮੈਂ ਨਹੀਂ ਸਿਆਣਿਆ, ਤੇ ਨੂਰਾ ਕਹਿ ਲਗਾ ਲੱਜ ਪਾਲਾ ਮੈਂ ਵਿਆੜੀ ਤੋਂ ਆਇਆ, ਹਜ਼ਰਤ ਜ਼ਿਆਉਲਾ ਕਾਦਰੀ ਫਰਮਾਇਆ ਆ ਵੀ ਵਿਆੜੀ ਤੋਂ ਆਈ, ਆ ਵੀ ਵਿਆੜੀ ਤੋਂ ਆਈ, ਅੱਲਾ ਦਾ ਬੰਦਾ ਵੀ ਵਿਆੜੀ ਤੋਂ ਆਈ, ਜੇ ਤੂੰ ਵਿਆੜੀ ਤੋਂ ਆਏ ਕਿਹੜੀ ਨਵੀਂ ਗੱਲ ਏ, ਹੱਥ ਜੋੜ ਕੇ ਕਹਿ ਲਗਾ ਲੱਜ ਪਾਲਾ ਬੇਸ਼ੱਕ ਸਾਰੇ ਵਿਆੜੀ ਤੋਂ ਆਏ ਨੇ, ਮੇਰਾ ਨਾਂ ਨੂਰਾ ਡਾਕੂ ਏ ਜਿਨੇ ਖਤਮੇ ਨਬੂਵਤ ਦੇ ਪੈਰਾਂ ਦਿੱਤਾ ਸੀ, ਹਜ਼ਰਤ ਜ਼ਿਆਉਲਾ ਕਾਦਰੀ ਫੜ ਕੇ ਸੀਨੇ ਲਾ ਲਿਆ ਤੇ ਜੱਫਾ ਮਾਰ ਕੇ ਕਹਿੰਦੇ ਨੂਰਿਆ ਇਹਦੀ ਤਬਦੀਲੀ ਕਿਵੇਂ ਆਈ ਆ, ਅੱਜ ਚਿਹਰੇ ਤੇ ਦਾੜੀ ਸਿਰ ਤੇ ਇਮਾਮਾ ਪਾ ਕੇ ਬੜੀ ਤਬਦੀਲੀ ਲੈ ਕੇ ਆਏ, ਤੇ ਨੂਰੇ ਡਾਕੂ ਦੀਆਂ ਅੱਖਾਂ ਅਥਰੂ ਆ ਗਏ ਤੇ ਰੋ ਕੇ ਅਰਦ ਕੀਤੀ ਲੱਜ ਪਾਲਾ ਜਦੋਂ ਜਲਸਾ ਮੁੱਕ ਗਿਆ ਤੁਸੀਂ ਆਪਣੇ ਪਿੰਡ ਆ ਗਏ, ਮੈਂ ਆਪਣੇ ਪਿੰਡ ਚਲਾ ਗਿਆ, ਜਦੋਂ ਜਾ ਕੇ ਬਿਸਤਰ ਤੇ ਲੇਟਿਆ ਅੱਖ ਬੰਦ ਹੋਈ ਏ ਮਦੀਨੇ ਵਾਲਾ ਆ ਗਿਆ। ਬਹਾਨੇ ਕਰਕੇ ਤੇ ਉਹਦੇ ਮਰਨੇ ਮਰਦਾ ਯਾਰ ਆਪਣਾ ਹੀ ਸੋਹਣਾ ਲੱਗਦਾ। ਇੰਜ ਇਹਨਾ ਵਿਹਾੜੀ ਦੇ ਅੰਦਰ ਇੱਕ ਜਲਸਾ ਹੋਇਆ, ਸਾਰੀ ਮੀਟਿੰਗ ਬਹਿ ਗਈ, ਉਹਨਾਂ ਕਿਹਾ ਕਿਹਨੂੰ ਬੁਲਾਉਣਾ ਬਈ, ਪਹਿਲਾਂ ਤੇ ਤੈਅ ਹੋ ਗਿਆ ਕਿ ਜਲਸਾ ਕਰਾਉਣਾ ਤੇ ਇਸ਼ਤਿਹਾਰ ਤੇ ਕੀ ਲਿਖਣਾ, ਉਹਨਾਂ ਕਿਹਾ ਇਸ਼ਤਿਹਾਰ ਬਣਾਵਾਂਗੇ ਤੇ ਜਲਸਾ ਕਰਾਉਣਾ ਤਾਜਦਾਰੇ ਖਤਮੇ ਨਬੂਵਤ ਕਾਨਫਰੰਸ। ਉਹਨਾਂ ਕਿਹਾ ਬੁਲਾਉਣਾ ਕਿਹਨੂੰ ਹੈ, ਬੰਦਿਆਂ ਬਹਿ ਕੇ ਮਸ਼ਵਰਾ ਕੀਤਾ, ਉਹਨਾਂ ਕਿਹਾ ਸਿਆਲਕੋਟ ਨੇ ਹਜ਼ਰਤ ਜ਼ਿਆਉਲ ਕਾਦਰੀ, ਉਹਨਾਂ ਕੋਲ ਜਾਂਦੇ ਹਾਂ ਤੇ ਟਾਈਮ ਲੈਂਦੇ ਹਾਂ ਤੇ ਜਲਸਾ ਰੱਖ ਲੈਂਦੇ ਹਾਂ। ਉਹ ਵਿਹਾੜੀ ਤੋਂ ਚੱਲੇ ਸਿਆਲਕੋਟ ਆਏ, ਹਜ਼ਰਤ ਜ਼ਿਆਉਲਾ ਕਾਦਰੀ ਸਾਹਿਬ ਕੋਲ ਟਾਈਮ ਲਿਆ, ਤਾਰੀਖ ਮੁਕਰਰ ਹੋ ਗਈ, ਜਿਹਦੇ ਦਿਨ ਆਇਆ ਨਾ ਜਲਸੇ ਦਾ ਦਿਨ, ਹਜ਼ਰਤ ਜ਼ਿਆਉਲਾ ਕਾਦਰੀ ਟ੍ਰੇਨ ਤੇ ਬੈਠੇ ਤੇ ਵਿਹਾੜੀ ਪਹੁੰਚ ਗਏ, ਹੱਥੋਂ 250 ਲਾ ਕੇ ਖਤਮੇ ਨਬੂਵਤ ਦੀ ਗੱਲ ਕਰਨਾ ਹੋ ਰਹੇ, ਤੇ 1.5 ਲੱਖ ਰੁਪਈਆ ਲੈ ਕੇ ਜੇ ਕਾਰੀ ਸ਼ਾਹ ਦਾ ਕੇ ਗੱਲ ਜਿਹੜੀ ਮੈਂ ਕਰਨ ਲੱਗਾ ਬੜੀ ਕਾਬਲ ਗੌਰ, ਜਿਹਨੇ ਤਬਦੀਲੀ ਕੀਤੀ ਉਹਦੇ ਦਿਲ ਵਿੱਚ ਚੋਰ ਹੈ, ਤੇ ਵੱਡਾ ਚੋਰ ਆਪ ਹੈ। ਬਸ ਸਮਝ ਆ ਰਹੀ ਕਿ ਨਹੀਂ, 1.5 ਲੱਖ ਲੈ ਕੇ ਗੱਲ ਕਰਨਾ ਹੋਰ ਹੈ, ਪੱਲਿਓ ਟਿਕਟ ਕਰਾ ਕੇ ਤੇ ਖਤਮੇ ਨਬੂਵਤ ਦਾ ਨਾਰਾ ਮਾਰਨਾ, ਹਜ਼ਰਤ ਜ਼ਿਆਉਲਾ ਕਾਦਰੀ ਟਿਕਟ ਲਈ ਸਿਆਲਕੋਟ ਚੱਲੇ ਤੇ ਵਿਹਾੜੀ ਪਹੁੰਚੇ, ਵਿਹਾੜੀ ਜਾ ਕੇ ਨਾ ਮੇਜ਼ਬਾਨਾਂ ਨੇ ਸਾਹਮਣੇ ਰੋਟੀ ਰੱਖੀ, ਆਪ ਖਾਣਾ ਖਾਣ ਲੱਗੇ, 1-2 ਲੁਕਮੇ ਖਾਧੇ ਤੇ ਮਸਜਿਦ ਦੇ ਇਮਾਮ ਨੇ ਸਪੀਕਰ ਖੋਲਿਆ ਤੇ ਐਲਾਨ ਕੀਤਾ ਪਿੰਡ ਵਾਲਿਓ
ਅੱਜ ਸਾਡੇ ਪਿੰਡ ਤਾਜਦਾਰੇ ਖਤਮੇ ਨਬੂਵਤ ਕਾਨਫਰੰਸ ਹੈ ਤੇ ਸਾਰੇ ਵੇਲੇ ਨਾਲ ਪਹੁੰਚ ਜਾਇਆ ਜੇ ਵਕਤ ਦੀ ਪਾਬੰਦੀ ਕਰਿਆ ਜੇ ਹਜ਼ਰਤ ਜ਼ਿਆਉਲਾ ਕਾਦਰੀ ਨੂੰ ਤਸੱਲੀ ਹੋ ਗਈ ਜੀ ਮੈਂ ਇੰਨਾ ਪੈਣਾ ਮਾਰ ਕੇ ਆਇਆ ਤੇ ਪਿੰਡ ਵਾਲਿਆਂ ਤਿਆਰੀ ਪੂਰੀ ਕਸੀ ਹੈ ਥੋੜੀ ਦੇਰ ਗੁਜ਼ਰੀ ਹੈ ਜੇ ਚੰਦ ਲੁਕਮੇ ਖਾਧੇ ਤੇ ਕਾਰੀ ਸਾਹਿਬ ਨੇ ਐਲਾਨ ਕਰ ਦਿੱਤਾ ਲੋਕੋ ਜਲਸਾ ਕੈਂਸਲ ਹੋ ਗਿਆ ਹਜ਼ਰਤ ਜ਼ਿਆਉਲਾ ਕਾਦਰੀ ਰੋਟੀ ਉੱਥੇ ਰੱਖੀ ਤੇ ਫਰਮਾਉਂਦੇ ਨੇ ਕਾਰੀ ਸਾਹਿਬ ਨੂੰ ਬੁਲਾਓ ਤੇ ਮੈਂ ਗੱਲ ਕਰਾਂ ਕਾਰੀ ਸਾਹਿਬ ਆਏ ਤੇ ਹਜ਼ਰਤ ਜ਼ਿਆਉਲਾ ਕਾਦਰੀ ਫਰਮਾ ਕੇ ਕਾਰੀ ਸਾਹਿਬ ਕੀ ਵਜ੍ਹਾ ਪਹਿਲਾਂ ਤੁਸੀਂ ਆਖਿਆ ਸੀ ਜਲਸਾ ਹੋਵੇਗਾ ਹੁਣ ਤੁਸੀਂ ਆਉਂਦੇ ਹੋ ਜਲਸਾ ਕੈਂਸਲ ਹੈ ਕਾਰੀ ਸਾਹਿਬ ਆਉਂਦੇ ਜਲਸੇ ਦਾ ਐਲਾਨ ਮੈਂ ਕੀਤਾ ਤੇ ਪਿੰਡ ਦੇ ਆ ਗਏ ਨੇ ਕਾਦੀਆਨੀ ਮਰਜ਼ਈ ਆ ਗਏ ਨੇ ਉਹਨਾਂ ਮੈਨੂੰ ਆ ਕੇ ਧਮਕੀ ਲਾਈ ਹੈ ਜੇ ਤੂੰ ਐਲਾਨ ਵਾਪਸ ਨਾ ਕੀਤਾ ਤੇ ਤੇਰੇ ਬੱਚੇ ਯਤੀਮ ਹੋ ਜਾਣਗੇ ਤੇਰੇ ਪੁੱਤਰ ਮਾਰ ਦੇਵਾਂਗੇ ਬੇਟੀਆਂ ਚੁੱਕ ਕੇ ਲੈ ਜਾਵਾਂਗੇ ਤੇ ਜ਼ਰੂਰ ਮੈਂ ਮਾੜਾ ਮਸਕੀਨ ਇਕੱਲਾ ਬੰਦਾ ਮੈਂ ਕੀ ਕਰਾਂ ਤੇ ਇੰਜ ਗੱਲ ਹੈ ਕਿ ਨਹੀਂ ਅਸੀਂ ਕਾਰੀ ਸਾਹਿਬਾਂ ਕੋਲੋਂ ਐਲਾਨ ਕਰਾ ਲੈਂਦੇ ਹਾਂ ਜਦੋਂ ਕਾਰੀ ਸਾਹਿਬ ਐਲਾਨ ਕਰ ਦਿੰਦੇ ਨੇ ਜੇ ਬਾਹਰ ਕੋਈ ਡਾਲਾ ਆਵੇ ਤੇ ਅਸੀਂ ਇਹ ਸਾਈਡ ਦੇ ਪੁਲਿਸ ਵਾਲੇ ਨਿਕਲ ਜਾਂਦੇ ਹਾਂ ਕਾਰੀ ਸਾਹਿਬ ਜਾਣਾ ਤੇ ਪੁਲਿਸ ਵਾਲੇ ਜਾਣਾ ਉਹਨਾਂ ਕਹਿੰਦੀ ਸਾਰਾ ਪਿੰਡ ਇੱਕ ਪਾਸੇ ਮੈਂ ਇਕੱਲਾ ਮੌਲਵੀ ਨੂੰ ਮਾਣਾ ਕੀ ਕਰਾਂ ਮੈਂ ਤੇ ਡਰਦੇ ਐਲਾਨ ਕਰ ਦਿੱਤਾ ਹਜ਼ਰਤ ਜ਼ਿਆਉਲਾ ਕਾਦਰੀ ਫਰਮਾਇਆ ਚਲੋ ਇਹਨਾਂ ਚੋਂ ਤੇ ਕੋਈ ਨਹੀਂ ਤੇਰੇ ਨਾਲ ਖਲੋਂਦਾ ਤੁਹਾਡੇ ਪਿੰਡ ਕੋ ਬੰਦਾ ਵੀ ਹੈ ਬੰਦਾ ਉਹ ਬੰਦਾ ਕੋ ਬੰਦਾ ਹੈ ਕਾਲੀ ਸਾਹਿਬ ਬੋਲੇ ਹਜ਼ੂਰ ਇੱਕ ਬੰਦਾ ਤੇ ਹੈ ਪਰ ਉਹਦਾ ਨਾ ਕਿਰਦਾਰ ਚੰਗਾ ਨਹੀਂ ਹਜ਼ਰਤ ਜ਼ਿਆਉਲਾ ਕਾਦਰੀ ਫਰਮਾ ਲੱਗੇ ਕਿਰਦਾਰ ਨੂੰ ਗੋਲੀ ਮਾਰੋ ਹੈ ਸੁਣੀ ਅਗੇ ਹਜ਼ੂਰ ਹੈ ਟਣਾ ਟਣ ਸੁਣੀ ਨਾਲ ਦੇ ਪਿੰਡ ਦਾ ਤੇ ਨਾ ਉਹਦਾ ਨੂਰਾ ਡਾਕੂ ਤੇ ਲੋਕਾਂ ਦੇ ਘਰਾਂ ਚ ਮਾਰਦਾ ਡਾਕੇ ਹਜ਼ਰਤ ਜ਼ਿਆਉਲਾ ਕਾਦਰੀ ਫਰਮਾਇਆ ਚੱਲ ਫਿਰ ਮੇਰੇ ਨਾਲ ਅੱਜ ਨੂਰੇ ਡਾਕੂ ਨਾਲ ਮੁਲਾਕਾਤ ਹੀ ਕਰੀਏ ਵਿਹਾੜੀ ਤੋਂ ਆਏ ਆ ਕੱਟ ਜਾਵਾਂਗਾ ਮਰ ਜਾਵਾਂਗਾ ਖਤਮੇ ਨਬੂਵਤ ਦੇ ਨਾਰੇ ਮਾਰ ਕੇ ਜਾਵਾਂਗਾ ਅੱਜ ਜਲਸਾ ਹੋਵੇ ਹੀ ਹੋਵੇ ਅੱਜ ਬਗੈਰ ਜਲਸਾ ਕਰਨ ਤੋਂ ਵਾਪਿਸ ਨਹੀਂ ਜਾਣਾ ਕੌਣ ਹੈ ਦੀਵਾਲੀ ਦੇ ਗੁਲਾਮੋ ਜ਼ਿਆਉਲਾ ਕਾਦਰੀ ਚੱਲੇ ਨਾਲ ਦਾ ਪਿੰਡ ਨੂਰੇ ਡਾਕੂ ਦਾ ਪਿੰਡ ਆ ਗਿਆ ਹਜ਼ਰਤ ਜ਼ਿਆਉਲਾ ਕਾਦਰੀ ਚੱਲ ਕੇ ਨੂਰੇ ਡਾਕੂ ਦੇ ਪਿੰਡ ਆ ਗਏ ਜਦੋਂ ਆ ਕੇ ਵੇਖਿਆ ਉਹਦੇ ਨੌਕਰ ਚਾਕਰ ਖੜੇ ਨੇ ਹਜ਼ਰਤ ਜ਼ਿਆਉਲਾ ਕਾਦਰੀ ਕਹਿਣ ਲੱਗੇ ਮੈਂ ਨੂਰੇ ਨਾਲ ਮੁਲਾਕਾਤ ਕਰਨੀ ਹੈ ਨੌਕਰ ਕਹਿਣ ਲੱਗੇ ਨਾ ਨਾ ਜਾਓ ਜਾਓ ਮੁਲਾਕਾਤ ਨਹੀਂ ਹੋ ਸਕਦੀ ਤੁਸੀਂ ਮੌਲਵੀ ਕਿੱਥੇ ਨੂਰਾ ਡਾਕੂ ਹੈ ਮੌਲਵੀਆਂ ਦਾ ਡਾਕੂ ਦੇ ਨਾਲ ਕੀ ਕੰਮ ਹੈ ਜੋ ਮੁਲਾਕਾਤ ਨਹੀਂ ਕਰਨ ਦੇਣੀ ਜਦੋਂ ਇੰਨੀ ਗੱਲ ਕੀਤੀ ਹਜ਼ਰਤ ਜ਼ਿਆਉਲਾ ਕਾਦਰੀ ਉੱਚੀ ਆਵਾਜ਼ ਮਾਰੀ ਆਵਾਜ਼ ਮਾਰ ਕੇ ਕਹਿੰਦੇ ਨੇ ਨੂਰਿਆ ਬਾਹਰ ਆ ਜਾ ਤੂੰ ਲੋਕਾਂ ਦੇ ਘਰਾਂ 'ਚ ਡਾਕੇ ਮਾਰਨੇ ਤੇਰੇ ਪਿੰਡ ਦੇ ਮਰਦਈਆਂ ਨੇ ਤੇਰੇ ਨਬੀ ਦੀ ਖਤਮੇ ਨਬੂਵਤ ਤੇ ਡਾਕਾ ਮਾਰਿਆ ਜਦੋਂ ਇੰਨੀ ਗੱਲ ਕੀਤੀ ਨੂਰਾ ਡਾਕੂ ਜਲਦੀ ਦੇ ਨਾਲ ਬਾਹਰ ਆਇਆ ਹਜ਼ਰਤ ਜ਼ਿਆਉਲਾ ਕਾਦਰੀ ਨੂੰ ਕਹਿੰਦਾ ਲਜਪਾਲਾ ਦੱਸੋ ਕਿਵੇਂ ਆਏ ਹੋ ਫਰਮਾਇਆ ਮੈਂ ਸਿਆਲਕੋਟੋ ਚੱਲਿਆ ਵਿਆੜੀ ਤੱਕ ਆਇਆ ਨਬੀ ਕਰੀਮ ਦੀ ਖਤਮੇ ਨਬੂਵਤ ਦਾ ਪੈਗਾਮ ਸੁਣਾਉਣ ਆਇਆ ਤੇਰੇ ਪਿੰਡ ਦੇ ਕਾਦੀਆਨੀ ਕਹਿੰਦੇ ਨੇ ਜਲਸਾ ਨਹੀਂ ਆਉਣ ਦੇਣਾ ਮੈਂ ਕੋ ਰੋਟੀ ਖਾਣ ਤੇ ਨਹੀਂ ਆਇਆ ਖਤਮੇ ਨਬੂਵਤ ਦੇ ਨਾਰੇ ਲਾਣ ਆਇਆ ਜਦੋਂ ਇਹਦੀ ਗੱਲ ਕੀਤੀ ਤੇ ਹਜ਼ਰਤ ਜ਼ਿਆਉਲਾ ਕਾਦਰੀ ਫਰਮਾਣ ਲੱਗੇ ਉਹ ਨੂਰਿਆ ਜਿਸ ਨਬੀ ਦਾ ਮੈਂ ਉਮਤੀ ਆਂ ਉਸੇ ਨਬੀ ਦਾ ਤੂੰ ਉਮਤੀ ਏ ਜਦੋਂ ਇਹਦੀ ਗੱਲ ਕੀਤੀ ਉਹਦਾ ਦਿਲ ਮੋਹ ਮੋਇਆ ਹਜ਼ਰਤ ਜ਼ਿਆਉਲਾ ਕਾਦਰੀ ਨੂੰ ਕਹਿੰਦਾ ਲਜਪਾਲਾ ਦੱਸੋ ਮੇਰੇ ਲਈ ਕੀ ਹੁਕਮ ਹੈ ਜ਼ਿਆਉਲਾ ਕਾਦਰੀ ਫਰਮਾਇਆ ਮੈਂ ਤੇਰੇ ਕੋਲ ਤਾਂ ਆਇਆ ਅੱਜ ਨਬੀ ਦੀ ਖਤਮੇ ਨਬੂਵਤ ਦਾ ਪੈਰਾ ਤੂੰ ਦੇ ਦੇ ਮਦੀਨੇ ਵਾਲੇ ਦੇ ਕਰਮ ਦਾ ਜ਼ਿੰਮਾ ਤੈਨੂੰ ਮੈਂ ਦੇਣਾ ਮੈਂ ਤੈਨੂੰ ਕਮਲੀ ਵਾਲੇ ਆਕਾ ਦੇ ਕਰਮ ਦਾ ਜ਼ਿੰਮਾ ਦੇਣਾ ਇੰਨੀ ਗੱਲ ਕੀਤੀ ਨਾ ਤੇ ਨੂਰਾ ਕਹਿਣ ਲੱਗਾ ਹਜ਼ੂਰ ਤੁਸੀਂ ਪਹੁੰਚੋ ਮਸੀਤੇ ਮੈਂ ਵੀ ਆਉਣਾ ਵਾਂ ਜਲਸਾ ਅੱਜ ਹੀ ਹੋਵੇਗਾ ਜਲਸਾ ਅੱਜ ਹੀ ਹੋਏਗਾ ਇੰਨੀ ਗੱਲ ਕੀਤੀ ਨਾ ਹਜ਼ਰਤ ਜ਼ਿਆਉਲਾ ਕਾਦਰੀ ਸੰਗੀਆਂ ਨੂੰ ਨਾਲ ਲਿਆ ਜਦੋਂ ਪਹੁੰਚਣਾ ਮਸੀਤੇ ਤੇ ਆ ਕੇ ਵੇਖਿਆ ਨੂਰਾ ਪਹਿਲਾਂ ਹੀ ਮਸੀਤੇ ਸੀ ਉਹ ਨੂਰੇ ਸਪੀਕਰ ਖੋਲਿਆ ਤੇ ਕਹਿੰਦਾ ਹਜ਼ਰਤ
पिंड वाले ऐलान सुनो, कईयां नूं ते पता लग गया मैं कौन आ, जिन्हां नूं नहीं ना पता वो सुन लो, मैं जे नूरा डाकू ते हुण मैं मसीते आ गया, जिन्हें जलसा बंद करवाना तेरा मसीते आ जाओ। वो जेड़े पहलो आए थे ना टांगा सोटा लैके, तबियां गिलियां हो गई मसीते, कौन जाए नूरा डाकू आ गया। पता लगा बड़ूंगड़े जिन्हें मर्दी हो सामने बंदा एक ही खलो जाए, वो बोलो ते सही, बंदा एक ही होवे ते कईयां ते भारा पै जांदा है, उन्हां चो कोई नेड़े ना लगा। ते हुण पिंडां दे पिंड कट्ठे हो गए, आगे जिथे आना सी ना 2000 बंदा उथे आया 4, ला लो 2500 आए सन सुनन, ते विच 1500 भी आया सी जिन्हां वेखना सी नूरा किन्ने मारदा ते दूजे किन्ने मार देणा। वो वेखण वाले भी आ गए, हजरत ज़ियाउल्लाह कादरी आके मिंबर ते बह गए, जलसा शुरू हो गया। ये मैं गल पहले भी सुनाई है, अज मैं तां सुनाई है, मैनूं बड़े फोन आए जी, ये 7 सितंबर कल गुजरी है, जुमे का खुतबा देना, सानू नूरे वाला वाकया सुनाओ। मैं कहती सुन लो, तवज्जो फरमाओ। हजरत ज़ियाउल्लाह कादरी मिंबर ते बह गए, अल्हम्दुलिल्लाह रब्बिल आलमीन वलाकिबतुल मुत्तकीन, जुमे का खुतबा शुरू हो गया। इत्थे ही हो तुसी, इत्थे नहीं, जुमे का नहीं, माफल का खुतबा सी, हाजिर होके बया करो। हजरत ज़ियाउल्लाह कादरी खुतबा शुरू किया, तकरीर शुरू कर ली, वाज करना शुरू करता, हजूर का फरमान पढ़िया, सरकार फरमाते ने आना खातम नबी की ना ला नबी आबादी, हजूर फरमाते ने मैं आखिरी नबी है, मेरे बाद नबी। ये मठी मठी तकरीर पे कर देना, नूरा मसीह के बूहे के खलोता जी, जो मठी मठी तकरीर सुनी ना, हजरत ज़ियाउल्लाह कादरी सामने आया, सामने आके आता कि हजूर इंज ते गल नहीं बननी, कम चुक के रखो, कम ऐसा लोगों नूं दसो ते सही, वो काना है कौन सी, ओदी मां नूं घसीटी क्यों आंदे सन, वो रोड़े दा की करदा सी ते गुड़ दा की करदा सी, ओदा जरा सजरा खोलो। हजरत ज़ियाउल्लाह कादरी कम चुक दिता। अच्छा यार, वो दौर चंगे नहीं सन जो बंदे आंदे सन कम चुक के रखो, ते जे हुण मौलवी आप चुके ते इंतजामिया क्यों मरवाउणा जी सानू। मैं कह जी तुसी ना मरिया जे साडा नाल खा दिया, मरन नूं भी आप ही तैयार हां बई, असां कौ केड़ा किसे दी पीढ़ी थले जमे, गल होवे ते डंगे दी चोट ते होवे, ते गल होवे ते बंदियां दे पुत्तरां लई होवे, गल होवे ते खरी होवे, ते जे खरी गल करदियां करदियां गाटा भी लै जाए, हजूर नूं बंदा मूंह वखाण जोगा ते हो जाए ना। वाह कमली वाले केड़े वेले ते कम लिया, सुनिया केड़े वेले याद कीते, मेरा भी जदाने नूरा भी कहना आना ना, मैं पा छटाकी इतना मैं पूरी सरसाई हूँ ना, मैं तोला इतना मैं माशा इतने कद रतिया थे आ बेच रतिया तुल्ला ते मैं ओ भी पूरी नाही बदन बराबर ओ तो हो सी पाहो ते जतो मिल सी मदनी माही जलसा मुक गया, खत्मे नबूवत दा जलसा डंके दी चोट ते कीता गया,
जलसा मुकिया हजरत जियाउल कादरी सियालकोट चले गए, नूरा डाकू चलिया ते अपने घर पिंड। थोड़ा जा वेला गुजरिया ते एक दिन एवें नूरा डाकू बैठा ते दिल च ख्याल आया होवे ना ते सियालकोट जाके हजरत जियाउल कादरी नूं मिल के ही आवां। इन्हें तैयारी की थी, हजरत जियाउल कादरी नूं मिलन चलिया ते पता कफियत की है, सादा नहीं मिसाल देना। अब मेरी अजे निकी निकी दाड़ी हूं आउंदी है पहलू ही, को दो चार साल लंघन कोई बंदा अली जुमा पढ़न आया राई मुसाफिर, पंजा साल बाद फिर इस मसीते जुमा पढ़े ते मेरी दाड़ी होवे एडी एडी, ते उन्हें मुश्किल ही सियाना है, पता नहीं मौलवी बदल ना लिया होवे ना। जदों नूरा डाकू आया सी ना खत्मे नबूवत दा पहरा देन, जने छड़ियां सन मूछां ते वालां दा कढ़िया सी पफ, अज चलिया मुलाकात करन लई ते हुलिया की है सिर ते इमामा चेहरे ते दाढ़ी है, चलो सादा जिहा नक्शा बना लईए, सिर ते इमामा रख के चेहरे ते दाढ़ी रख के इत्थे करके कंघी उड़ा लईए नाल ही मसवाक पा लईए, मीठा मीठा इस्लामी भाई बन गए। अज मुलाकात करन लई चले हजरत ज़ियाउल कादरी दे नाल, सफर करके नूरा डाकू पहुंचिया सियालकोट, जुमा पढ़े हजरत ज़ियाउल कादरी दी मसीते, जुमे तो बाद मुलाकात शुरू हो गई। हुन लोग आई जा रहे, सलाम लई जा रहे ते जाई जा रहे, हुन जेड़े बाहरों मेहमान होन ते कईयां दी ख्वाहिश हुंदी है यार जफ्फी भी मौलवी ना पै जाए, कईयां दी ख्वाहिश हुंदी हत्थ चुमे जान, कईयां दी ख्वाहिश हुंदी है बस यार मुसाफा कीता जाए ते सोहणे तरीके नाल कीता जाए, कईयां दी ख्वाहिश हुंदी है चल दो मिनट खलो के गलबात ही कीती जाए। हुन हर बंदा आपो अपने तरीके नाल मिलदा पिया, सुभान अल्लाह बोलो मैं नूरे दा तरीका दसां, हुन नूरा किने मिलिया, कौन है दिवाली दे गलामो मुलाकात हो रही, हजरत ज़ियाउल कादरी नु मिल के लोग जा रहे, जदों नूरे डाकू दी वारी आई इने हाथ मलाया नाले जफ्फा पाया, कहदा सोहणिया सियाने आ जे पाला मैनू सियाने आ जे, हजरत ज़ियाउल कादरी फरमाया मैं हाथ जोड़ के कह लगा लजपाला बेशक सारे बियाड़ी तो आए ने, मेरा नाम नूरा डाकू है जिन्हें खत्मे नबूवत दे पैरा दिता सी, हजरत ज़ियाउल कादरी फड़ के सीने ला लिया ते जफ्फा मार के कहंदे नूरिया इन्नी तब्दीली किवें आई आ, अज चेहरे ते दाढ़ी सिर ते इमामा पा के बड़ी तब्दीली लै के आए, ते नूरे डाकू दियां अखां च अथरू आ गए ते रो के अर्ज कीती लजपाला जदों जलसा मुक गया तुसी अपने पिंड आ गए, मैं अपने पिंड चला गया, जदों जाके बिस्तर ते लेटिया अख बंद होई है मदीने वाला आ गया। अख बंद होई ते हुजूर आ गए ते मेरे आका आके फरमांदे ने नूरिया मैनू पता है लोकां दे घरां च डाके मारदा रहे, बह जा भी काका जी गल मुक लैण दे, मैनू पता है चोरियां करदा रहे, मैनू पता है डाके मारदा रहे, पर जेड़ा डाका हुण मरजियां दे वेड़े मारे ही ना अगो ना करी पिछलियां दी माफी यू मैं मुहम्मद तेरे ते राजी हो गया। हजरत ज़ियाउल कादरी फरमाया अच्छा ख्वाब च माही तकी आई, ख्वाब च हुजूर तके नहीं, अगे जी मैं सरकार नूं तकिया ते मेरा इश्क ते मेरा विदान आंदा है, पुछिया ते होवेगा ना हजरत ज़ियाउल कादरी किवें दा तकिया आई किवें दा वेखी आई, ते मेरा विदान कहंदा नूरा वी कहंदा होना मैं नीवां ते मेरा मुर्शिद ओछा ते मैं उच्चियां दे संग लाई
सदके जावा ओना उच्चिया तो मैं ते जिन्ना नी मेरा नाल निवा दस नूरे केंद्र दा तकिए ते नूरा भी कहना होना सूरज वांग इनुरानी मथा इते नजर न कीती जावे जे पत्थर दिल वाला वेखे इते अखियां चो पानी आवे दस नूरे या होर की वेखिए ते नूरा कहीं होना काले कुंडल ए जुल्फ माही दे इते झाल जले हुन केड़ा अख नाले अख मिला मुहम्मद इते लोट खड़े है दिल मेरा अगली गल सुना नूरिया अगे किवें दा तकिए ते नूरा कहिंदा होना की दसाए कुमा हिमदन गोरा सबदन नीची नजरें कुल की खबरें मैं माही वेखिया एक मां हिमदन गोरा सबदन नीची नजरें कुल की खबरें वो दिखा के फबन वो सुना के सुखन मोरा फूक दिया सब तन मन धन बस माही तक है सोना वेखे है दीद हो गई है और नूरिया तकिया ही ते दिल नु किन्नी कु तसल्ली होई आ सरकार नु वेख के किन्ना कु राजी होया है ते मेरा भी दान कहंदा नूरा भी कहंदा होना माही मदीने वाला जग सारा जानदा माही मदीने वाला इजन यार एक बार सारे कह लो माही मदीने वाला जग सारा जानदा माही मदीने वाला जग सारा जानदा अखियां दी ठंड नाले चैन साड़ी जानदा